ਅਸਲਾਮ ਵਾਲੇਕੁਮ ਬੇਲੀਓ, ਕੀ ਹਾਲ ਚਾਲ ਹੈ? ਖੈਰ ਖਰੀਅਤ ਨਾਲ ਹੈਗੀ। ਉਮੀਦ ਕਰਾਂਗੇ ਕਿ ਸਾਰੇ ਵੇਖਣ ਵਾਲੇ ਠੀਕ ਠਾਕ ਔਰ ਖਰੀਅਤ ਨਾਲ ਹੋਣਗੇ। ਦੋਸਤੋ ਮੌਜੂਦ ਹੈਗੀਆਂ ਖੁਰਮ ਦੇ ਕੋਲ, ਬਾਬੇ ਸ਼ੇਰ ਬਹਾਦਰ ਦੇ ਡੇਰੇ ਦੇ ਨੁਕਰੀ ਗੋੜੀ ਹੈ। ਦੋਸਤਾਂ ਨੂੰ ਵਿਖਾਉਂਦੇ ਹਾਂ, ਡਿਟੇਲ ਸ਼ੇਅਰ ਕਰਦੇ ਹਾਂ, ਰਾਬਤਾ ਨੰਬਰ ਸ਼ੇਅਰ ਕਰਦੇ ਹਾਂ, ਹੌਰਸ ਬੈਲੈਂਸ ਡਾਇਟ ਘੋੜਿਆਂ ਵਾਸਤੇ ਖਾਸ ਮਸਾਲਾ, ਉਸਤਾਦ ਜੀਵਨ ਹਯਾਤ ਚਮੜ ਸਾਹਿਬ ਦਾ ਫਾਰਮੂਲਾ, ਉਹ ਅਲਹਮਦੁਲਿਲਾ ਤਿਆਰ ਹੈ ਜਿਸ ਦੋਸਤ ਨੂੰ ਚਾਹੀਦਾ। ਵੀਡੀਓ ਦੇ ਸਟਾਰਟ ਦੇ ਲਈ ਮੇਰਾ ਨੰਬਰ ਹੈ, ਬਾਕੀ ਖੁਰਮ ਦਾ ਘੋੜੀ ਵਾਸਤੇ ਨੰਬਰ ਵੀਡੀਓ ਦੇ ਕਾਰਨਰ ਦੇ ਵਿੱਚ ਆਵੇ। ਕੋੜੀ ਵੇਨੇ ਆ, ਡਿਟੇਲ ਸ਼ੇਅਰ ਕਰਨੇ ਆ, ਰਾਬਤਾ ਨੰਬਰ ਖੁਰਮ ਦਾ ਸ਼ੇਅਰ ਕਰ ਦਿੰਦੇ। ਮਾਸ਼ਾਅੱਲਾ, ਖੂਬਸੂਰਤ ਨੁਕਰੀ ਕੋੜੀ ਹੈ। ਹਾਂਜੀ, ਕੋੜੀ ਨੂੰ ਨਜ਼ਰ ਮਾਰਨੀ ਹੈ, ਸੋਮ ਗਮਚੀ ਨੂੰ ਨਜ਼ਰ ਮਾਰੋ। ਆ ਜਾਓ ਬਹਿ ਜਾਣ, ਵੇਖੋ ਜੀ, ਸੋਮ ਵੇਖੋ, ਗਮਚੀ, ਹੱਥ ਪੈਰ, ਅੱਖੀ ਚੈੱਕ ਕਰ, ਮੱਥਾ, ਹਰ ਚੀਜ਼ ਚੈੱਕ ਕਰ, ਬਹਿ ਜਾਣ। ਕੰਨ ਕਨੌਤੀ, ਛੋਟਾ ਕੰਨ, ਅਸੀਲ ਸਰੀਰ, ਬਾਰੀਆਂ ਵੇਖ ਬਣੇ ਦੀ ਸਗੀਰ ਖਾਨ, ਮਾਸ਼ਾਅੱਲਾ, ਨਜ਼ਰ ਮਾਰ ਲੈਣੀ ਹੈ ਜੀ। ਬਾਕੀ ਖੁਰਮ ਬਾਈ ਚੜੀ ਦੀ ਬਿਲਕੁਲ ਚੜੋ ਜੀ, ਚੜੀ ਚੈੱਕ ਕਰਾਓ ਗੋੜੀ ਦੀ, ਬਾਅਦ ਡਿਟੇਲ ਦਿਓ ਸਾਨੂੰ। ਚੱਲ ਪੁੱਤਰ, ਤਲ ਲੈ ਆ ਜਾ ਕੇ। ਮਾਸ਼ਾਅੱਲਾ, ਗੋੜੀ ਦਾ ਕਾਦ ਕਰ, ਗੋੜਿਆਂ ਜਰਾਣ ਵਾਲੇ ਬੱਚੇ ਵਿੱਚ ਅੜਕ ਹੋ ਜਾਂਦੇ ਨੇ। 8 ਇੰਚ ਹੋ ਗਿਆ, ਇੰਚੀ ਟੇਪ ਦੇ ਨਾਲ ਬਹੁਤ ਮੌਕੇ ਦੀ ਤਸੱਲੀ ਹੈ। ਥੋੜੀ ਜਿਹੀ ਡਿਟੇਲ ਲੈ ਲੈਂਦੇ ਹਾਂ। ਹਾਂਜੀ ਦੋਸਤੋ, ਕੋੜੀ ਦੀ ਚੜੀ ਚੈੱਕ ਕਰ ਲੈਂਦੇ ਹਾਂ ਜੀ, ਬਾਅਦ ਵਿੱਚ ਇਹਦੀ ਡਿਟੇਲ ਲੈਂਦੇ ਹਾਂ। ਚੜੀ ਦੀ ਸਾਫ ਹੈ, ਮੋੜ ਦਾ ਜਿਹੜੀ ਚੈੱਕ ਹੋ ਗਈ ਹੈ, ਹੁਣ ਇਹਦੀ ਡਿਟੇਲ ਖੁਰਮ ਬਾਈ ਕੋਲ ਲੈਂਦੇ ਹਾਂ ਗੋੜੀ ਦੀ। ਬਾਕੀ ਮੌਕੇ ਦੀ ਤਸੱਲੀ ਹੈ, ਜਿਸ ਦੋਸਤ ਪਰਚੇਜ ਕਰਨੀ ਹੈ ਉਹ ਮੌਕੇ 'ਤੇ ਆ ਕੇ ਆਪਣੀ ਤਸੱਲੀ ਕਰੇ, ਜਿਸ ਦੋਸਤ ਔਨਲਾਈਨ ਕਰਨੀ ਹੈ ਉਹ ਆਪਣਾ ਕੋਈ ਬੰਦਾ ਭੇਜ ਕੇ ਤਸੱਲੀ ਕਰੇ। ਹਾਂ ਲੈ ਆ, ਬਸ ਡਿਟੇਲ ਦਿਓ ਇਹਦੀ। ਖੁਰਮ ਬਾਈ, ਗੋੜੀ ਦੀ ਕੀ ਉਮਰ ਹੈ? 5 ਸਾਲ ਜੀ। 5 ਸਾਲ ਮੂੰਹ ਫੁੱਟਿਆ ਜੀ, ਆ ਜਾਓ ਬਾਈ। ਬਾਈ ਜੀ, ਰੁਸਤਮ ਦੀ ਬੱਚੀ ਹੈ ਜੀ। ਰੁਸਤਮ ਦੀ ਬੱਚੀ ਜੀ ਬਾਈ ਜਾਨ।
ਗਰਮੀ ਦੀ ਵਜ੍ਹਾ ਕੋਈ ਕਰਾਸ ਕਰਾਏ ਗਰਮੀ ਤੋਂ ਬਾਅਦ ਸੇਲ ਹੋ ਗਈ ਤਾਂ ਠੀਕ ਹੈ, ਗਰਮੀ ਤੋਂ ਬਾਅਦ ਕਰਾਸ ਕਰਾ ਲਈ ਫਿਲਹਾਲ ਖਾਲੀ ਹੈ ਚੜੀ ਦੀ ਬਿਲਕੁਲ ਸਾਫ਼ ਹੈ ਜੀ ਬਿਲਕੁਲ ਛੋਟੇ ਛੋਟੇ ਮੈਂ ਬੱਚੇ ਫਦੇ ਵਾ ਤੇ ਕੋਈ ਗੱਲ ਹੀ ਕੋਈ ਨੀ ਬਾਈ ਇਨਸ਼ਾਅੱਲਾ ਜ਼ਰੂਰ ਕਰ ਦੇ ਸਾਂ।